ਗੁਰੂ ਨਾਨਕ ਦੇਵ ਜੀ ਬਾਰੇ ਓਸ਼ੋ ਦੇ ਵਿਚਾਰ ਨਾਨਕ ਕਹਿੰਦੇ ਹਨ ਕਰਮ ਨਾਲ ਦੇ ਮਿਲਦੀ ਹੈ ਸੰਸਾਰ ਮਿਲਦਾ ਹੈ ਕਿਰਪਾ ਦ੍ਰਿਸ਼ਟੀ ਨਾਲ ਮੋਕਸ਼ ਦਾ ਦਵਾਰ ਪ੍ਰਾਪਤ ਹੁੰਦਾ ਹੈ ਨਾਨਕ ਕਹਿੰਦੇ ਹਨ ਇਸ ਤਰ੍ਹਾਂ ਜਾਣੋ ਕਿ ਸੱਤੇ ਹੀ ਪਰਮਾਤਮਾ ਹੀ ਸਭ ਕੁਝ ਹੈ ਪਰਮਾਤਮਾ ਤਾਂ ਸਥਾਪਿਤ ਕੀਤਾ ਨਹੀਂ ਜਾ ਸਕਦਾ ਇਸ ਲਈ ਸੁੰਦਰ ਕਿਵੇਂ ਬਣਾਓਗੇ ਨਾਇਨ ਨਿਰਮਾਣ ਕੀਤਾ ਜਾ ਸਕਦਾ ਹੈ ਇਸ ਲਈ ਮੂਰਤੀਆਂ ਕਿਵੇਂ ਖੜੋਗੇ ਉਹ ਨਿਰੰਝਨ ਆਪਣੇ ਆਪ ਵਿੱਚ ਹੀ ਸਭ ਕੁਝ ਹੈ ਤੁਹਾਨੂੰ ਉਹਨੂੰ ਬਣਾਉਣ ਦੀ ਜ਼ਰੂਰਤ ਨਹੀਂ ਹੈ ਤੁਸੀਂ ਨਹੀਂ ਸੀ ਤਦ ਵੀ ਸੀ ਤੁਸੀਂ ਨਹੀਂ ਹੋਗੇ ਤਦ ਵੀ ਰਹੇਗਾ ਆਦ ਸੱਚ ਜੁਗਤ ਸੱਚ ਤੁਸੀਂ ਉਹਨੂੰ ਬਣਾਉਣ ਦੀ ਫਿਕਰ ਛੱਡੋ ਪੂਜਾ ਮੰਦਰ ਮੂਰਤੀ ਨਾਲ ਕੁਝ ਹੋਣਾ ਹਵਾਣਾ ਨਹੀਂ ਫਿਰ ਕਿਹਦੇ ਨਾਲ ਹੋਏਗਾ ਜਿਨ੍ਹਾਂ ਨੇ ਉਹਦੀ ਸੇਵਾ ਕੀਤੀ ਆਰਾਧਨਾ ਕੀਤੀ ਉਹ ਮਹਿਮਾ ਨੂੰ ਪ੍ਰਾਪਤ ਹੋਏ ਜੇਕਰ ਉਹੀ ਸਭ ਕੁਝ ਹੈ ਤਾਂ ਸੇਵਾ ਹੀ ਪ੍ਰਾਰਥਨਾ ਹੈ ਜੇਕਰ ਉਹੀ ਸਭ ਕੁਝ ਹੈ ਤਾਂ ਸਿਵਾ ਹੀ ਆराधना ਹੈ ਜੇਕਰ ਉਹੀ ਸਭ ਕੁਝ ਹੈ ਉਸੇ ਦਾ ਪਸਾਰਾ ਤਾਂ ਤੁਸੀਂ ਜਿੰਨਾ ਸੇਵਾ ਚ ਲੀਨ ਹੋ ਜਾਓ ਤੁਸੀਂ ਉਨਾ ਹੀ ਉਹਦੇ ਨੇੜੇ ਪੁੱਜ ਗਏ ਰੁੱਖ ਪਿਆਸਾ ਹੈ ਪਾਣੀ ਦਿਓ ਗਾਂ ਭੁੱਖੀ ਹੈ ਘਾਹ ਰੱਖ ਦਿਓ ਤੁਸੀਂ ਉਸੇ ਦੇ ਮੂਰੇ ਘਾਹ ਰੱਖ ਰਹੇ ਹੋ ਤੁਸੀਂ ਉਸੇ ਦੀਆਂ ਜੜਾਂ ਚ ਪਾਣੀ ਪਾ ਰਹੇ ਹੋ ਬੜੀ ਸੰਵੇਦਨਸ਼ੀਲਤਾ ਚਾਹੀਦੀ ਹੈ ਪ੍ਰਾਰਥਨਾ ਕਰਨ ਲਈ ਛੋਟੇ-ਮੋਟੇ ਮੰਦਰ ਨਾਲ ਨਹੀਂ ਹੋਏਗਾ ਉਹ ਤਾਂ ਵਿਉਂਤਾ ਮੰ ਪ੍ਰਾਰਥਨਾਵਾਂ ਤੋਂ ਬਚਣ ਦੀਆਂ ਇਹ ਮੰਦਰ ਬੜਾ ਹੈ ਵਿਰਾਟ ਹੈ ਸੇਵਾ ਦੀ ਭਾਵਨਾ ਚਾਹੀਦੀ ਹੈ ਕਿਉਂਕਿ ਉਹੀ ਹੈ ਜੀਸਸ ਨੇ ਕਿਹਾ ਜਦ ਜੀਸਸ ਨੂੰ ਸੂਲੀ ਚੜਾਉਣ ਦਾ ਵੇਲਾ ਆਇਆ ਤਾਂ ਉਹਨਾਂ ਦੇ ਸੰਗੀਆਂ ਸਾਥੀਆਂ ਨੇ ਪੁੱਛਿਆ ਹੁਣ ਅਸੀਂ ਕੀ ਕਰਾਂਗੇ ਜੀਸਸ ਨੇ ਕਿਹਾ ਤੁਸੀਂ ਫਿਕਰ ਨਾ ਕਰੋ ਜੇਕਰ ਤੁਸੀਂ ਪਿਆਸੇ ਨੂੰ ਪਾਣੀ ਪਿਲਾਓਗੇ ਤਾਂ ਮੇਰੇ ਗੰਠੇ 'ਚ ਪਾਣੀ ਪਹੁੰਚੇਗਾ ਜੇਕਰ ਦੀਨ ਦੁਖੀ ਦੀ ਸੇਵਾ ਕਰੋਗੇ ਤਾਂ ਉਥੇ ਮੈਨੂੰ ਲੁਕਿਆ ਪਾਓਗੇ ਹੋਰ ਜੀਸਸ ਨੇ ਕਿਹਾ ਜੇਕਰ ਤੁਸੀਂ ਗੁੱਸੇ ਹੋ ਹੋਰ ਕਿਸੇ ਨੂੰ ਬੁਰੇ ਸ਼ਬਦ ਕਹੀ ਹੈ ਤੇ ਕਿਸੇ ਤੇ ਕ੍ਰੋਧ ਕੀਤਾ ਹੈ ਮੰਦਰ ਆਉਣ ਚ ਹਜੇ ਕੋਈ ਸਾਰ ਨਹੀਂ ਹੈ ਜੇਕਰ ਤੁਸੀਂ ਮੰਦਰ ਚ ਵੀ ਆ ਗਏ ਹੋ ਤੁਸੀਂ ਗੋਡੇ ਵੀ ਟੇਕ ਦਿੱਤੇ ਤੁਹਾਨੂੰ ਯਾਦ ਆਉਂਦਾ ਹੈ ਕਿ ਤੁਸੀਂ ਕਿਸੇ ਦੇ ਨਾਲ ਨਾਰਾਜ਼ ਹੋ ਤਾਂ ਉੱਠੋ ਪਹਿਲਾਂ ਉਹ ਤੋਂ ਮਾਫੀ ਮੰਗ ਕੇ ਆਓ ਕਿਉਂਕਿ ਜਦ ਤੱਕ ਉਹ ਨਹੀਂ ਮਾਫੀ ਨਾ ਦਿੱਤੀ ਤਦ ਤੱਕ ਪ੍ਰਾਰਥਨਾ ਕਿਵੇਂ ਹੋਏਗੀ ਚਾਰੇ ਪਾਸੇ ਉਸੇ ਦਾ ਪਸਾਰਾ ਇਸੇ ਲਈ ਨਾਨਕ ਕਹਿੰਦੇ ਹੈ ਜਿਨ੍ਹਾਂ ਨੇ ਉਹਦੀ ਸੇਵਾ ਕੀਤੀ ਆਰਾਧਨਾ ਕੀਤੀ ਉਹੀ ਮਹਿਮਾ ਨੂੰ ਪ੍ਰਾਪਤ ਹੋਏ ਕਿਹੋ ਜੀ ਆराधना ਸੇਵਾ ਸ਼ਬਦ ਮਹੱਤਵਪੂਰਨ ਹੈ ਇਹ ਜਿੰਨਾ ਡੂੰਗਾ ਤੁਹਾਡੇ ਅੰਦਰ ਉਤਰ ਜਾਵੇ ਉਨਾ ਚੰਗਾ ਪਰ ਇੱਕ ਗੱਲ ਧਿਆਨ ਰੱਖਣੀ ਜ਼ਰੂਰੀ ਹੈ ਉਹ ਫਰਕ ਦੀ ਗੱਲ ਹੈ ਤੁਸੀਂ ਜਿਹਦੀ ਸੇਵਾ ਕਰ ਰਹੇ ਹੋ ਪਰਮਾਤਮਾ ਹੈ ਇਹ ਧਾਰਨਾ ਮਹੱਤਵਪੂਰਨ ਹੈ ਤੁਸੀਂ ਇਸ ਤਰ੍ਹਾਂ ਵੀ ਸੇਵਾ ਕਰ ਸਕਦੇ ਹੋ ਕਿ ਦੀਨ ਹੈ ਗਰੀਬ ਹੈ ਵਿਚਾਰੇ ਦੀ ਸੇਵਾ ਕਰ ਦਿਓ ਜਦ ਤੁਸੀਂ ਕਿਸੇ ਵਿਚਾਰੇ ਦੀ ਸੇਵਾ ਕਰਦੇ ਹੋ ਤਾਂ ਤੁਸੀਂ ਉੱਪਰ ਹੋ ਵਿਚਾਰਾਂ ਦੀਵਾ ਹੈ ਤੁਸੀਂ ਕਿਰਪਾ ਕਰ ਰਹੇ ਹੋ ਸੇਵਾ ਨਹੀਂ ਕਰ ਰਹੇ ਫਿਰ ਇਹ ਸਧਾਰਨ ਸਮਾਜਿਕ ਸੇਵਾ ਹੈ ਇਹ ਸੇਵਾ ਆराधना ਨਹੀਂ ਹੈ ਤੁਸੀਂ ਇੱਕ ਸੋਸ਼ਲ ਵਰਕਰ ਹੋ ਲਾਇਨਸ ਕਲੱਬ ਦੇ ਮੈਂਬਰ ਹੋ ਰੋਟੇਰੀਅਨ ਹੋ ਵੀ ਸਰਬ ਸਾਡਾ ਫਰਜ਼ ਹੈ ਪਰ ਤੁਸੀਂ ਬਹੁਤ ਆਕੜཅ ਹੋ ਤੁਸੀਂ ਇੱਕ ਛੋਟਾ ਹਸਪਤਾਲ ਬਣਾ ਦਿੰਦੇ ਹੋ ਤੁਸੀਂ ਵੱਡਾ ਪ੍ਰਪਗੈਂਡਾ ਕਰਵਾਉਂਦੇ ਹੋ ਸਮਾਜਿਕ ਸੇਵਾ ਆराधना ਨਹੀਂ ਹੈ ਸਮਾਜਿਕ ਸੇਵਾ ਵਿੱਚ ਤਾਂ ਤੁਸੀਂ ਟੁਕੜੇ ਸੁੱਟ ਰਹੇ ਹੋ ਭੁੱਖਿਆਂ ਦੇ ਲਈ ਬਹੁਤ ਦਇਆ ਕਰ ਰਹੇ ਹੋ ਇਹਾਸਾਨ ਕਰ ਰਹੇ ਹੋ ਤੁਸੀਂ ਉੱਪਰ ਹੋ ਜਿਹਦੀ ਤੁਸੀਂ ਸੇਵਾ ਕੀਤੀ ਉਹ ਨਿਮਹਿ ਉਹਨੂੰ ਤੁਹਾਡਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਤਦੇ ਆराधना ਨਹੀਂ ਰਹੀ ਸੇਵਾ ਜਾਦਾ ਆराधना ਬਣਦੀ ਹੈ ਤਾਂ ਤੁਸੀਂ ਜਿਹਦੀ ਸੇਵਾ ਕਰ ਰਹੇ ਹੋ ਉਹ ਪਰਮਾਤਮਾ ਹੈ ਉਹ ਸਾਹਿਬ ਹੈ ਤੁਸੀਂ ਦਾਸ ਹੋ ਸ਼ੁਕਰਗੁਜ਼ਾਰ ਹੋ ਨਹੀਂ ਹੈ ਤੁਸੀਂ ਕਿਉਂਨੇ ਮੌਕਾ ਦਿੱਤਾ ਤੁਸੀਂ ਕਿ ਗਰੀਬ ਨੂੰ ਜੇ ਰੋਟੀ ਦਿੱਤੀ ਧੰਨਵਾਦ ਵੀ ਦਿਓ ਪੁਰਾਣਾ ਹਿੰਦੂਆਂ ਦਾ ਨਿਯਮ ਹੈ ਜਦ ਕਿਸੇ ਬ੍ਰਾਹਮਣ ਨੂੰ ਭਿਖਿਆ ਦਿਓ ਫਿਰ ਦੱਛਣਾ ਵੀ ਦਿਓ ਇਹ ਦੱਛਣਾ ਕੀ ਹੈ ਉਨੇ ਭਿਖਸ਼ਾ ਸਵੀਕਾਰ ਕੀਤੀ ਉਹਦਾ ਧੰਨਵਾਦ ਹੈ ਉਹ ਸਵੀਕਾਰ ਨਾ ਕਰਦਾ ਤਾਂ ਤੁਸੀਂ ਕੀ ਕਰਦੇ ਤਾਂ ਪਹਿਲਾਂ ਭਿਖਿਆ ਦਿਓ ਫਿਰ ਦੱਛਣਾ ਦਿਓ ਦੱਛਣਾ ਦਾ ਅਰਥ ਹੈ ਤੁਹਾਡਾ ਤੁਹਾਡੀ ਬਹੁਤ ਕਿਰਪਾ ਹੈ ਕਿ ਤੁਸੀਂ ਸਵੀਕਾਰ ਕੀਤੀ ਮੇਰੀ ਸੇਵਾ ਜਿਸ ਤੰ ਤੁਸੀਂ ਉਹਦਾ ਸ਼ੁਕਰਾਨਾ ਮਹਿਸੂਸ ਕਰੋਗੇ ਜਿੱਦੀ ਤੁਸੀਂ ਸੇਵਾ ਕੀਤੀ ਹੈ ਤਦ ਆराधना ਬਣ ਗਈ ਤਦ ਸੇਵਾ ਸਮਾਜਿਕ ਗੱਲ ਨਾ ਰਹੀ ਇੱਕ ਧਾਰਮਿਕ ਕਰਤੱਅ ਹੋ ਗਿਆ ਇਸ ਫਰਕ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਜੇਕਰ ਤੁਸੀਂ ਸੇਵਾ ਨਾਲ ਆਕੜ ਗਏ ਤੇ ਸੇਵਕ ਹੋ ਗਏ ਤਾਂ ਇਹ ਨਾਨਕ ਦੀ ਆराधना ਨਹੀਂ ਹੋਈ ਸੇਵਾ ਤੁਹਾਨੂੰ ਨਿਮਰਤਾਵਾਨ ਬਣਾਏਗੀ ਸੇਵਾ ਦੇਨ ਨੂੰ ਪਰਮਾਤਮਾ ਬਣਾਏਗੀ ਤੁਹਾਨੂੰ ਦਾਸ ਬਣਾਏਗੀ ਜਿਹੜਾ ਬਿਲਕੁਲ ਪਿੱਛੇ ਖਲੋਤਾ ਉਹ ਪਹਿਲਾ ਹੋ ਜਾਏਗਾ ਤੁਸੀਂ ਪਿੱਛੇ ਖਲੋ ਜਾਓਗੇ ਤੇ ਸੇਵਾ ਦਾ ਅਰਥ ਹੈ ਜਿਹੜਾ ਵੀ ਤੁਹਾਨੂੰ ਸੇਵਾ ਦਾ ਮੌਕਾ ਦੇਏ ਤੁਸੀਂ ਉਹਦੇ ਧੰਨਵਾਦੀ ਹੋਏ ਉਹ ਨਿਰੰਝਨ ਆਪ ਹੀ ਸਭ ਕੁਝ ਹੈ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਨ ਸੋਏ ਜਿਨ ਸੇਵਿਆ ਤੈਨ ਪਾਇਆ ਮਾਨ ਜਿਨ੍ਹਾਂ ਨੇ ਸੇਵਾ ਕੀਤੀ ਉਹਨਾਂ ਨੂੰ ਬਹੁਤ ਮਾਣ ਮਿਲਿਆ ਬਹੁਤ ਮਹਿਮਾ ਮਿਲੀ ਇਹ ਮਾਣ ਤੁਹਾਡਾ ਹੰਕਾਰ ਨਹੀਂ ਹੈ ਕਿਉਂਕਿ ਮਾਣ ਤਾਂ ਤਦ ਮਿਲੇਗਾ ਜਦੋਂ ਤੁਹਾਡਾ ਹੰਕਾਰ ਮਰ ਜਾਏਗਾ ਤਦ ਉਹ ਬਹੁਤ ਪ੍ਰਕਾਸ਼ ਵਾਲੇ ਹੋਏ ਤਦ ਉਹਨਾਂ 'ਚ ਬੁੱਧ ਤਵ ਮਤਲਬ ਗਿਆਨ ਪ੍ਰਗਟ ਹੋਇਆ ਤਦ ਉਹਨਾਂ ਦੇ ਘਰ ਦਾ ਹਨੇਰਾ ਮਿਟ ਗਿਆ ਤੇ ਦੀਵਾ ਜਗਿਆ ਨਾਨਕ ਕਹਿੰਦੇ ਹਨ ਕਿ ਉਸ ਗੁਣ નિਧਾਨ ਦਾ ਭਜਨ ਕਰੋ ਉਹਦਾ ਹੀ ਭਜਨ ਕਰੋ ਸਰਵਣ ਕਰੋ ਉਦਾਈ ਭਾਵ ਮਨ ਚ ਰੱਖੋ ਇਸ ਤਰ੍ਹਾਂ ਦੁੱਖ ਨੂੰ ਛੱਡ ਕੇ ਸੁੱਖ ਨੂੰ ਘਰ ਲੈ ਜਾਓ ਉਸ ਗੁਣ ਨਿਦਾਨ ਦਾ ਭਜਨ ਉਦਾਈ ਸਰਵਣ ਉਦਾਈ ਪਾਓ ਤੁਸੀਂ ਜੋ ਵੀ ਕਰੋ ਉਹਨੂੰ ਤੁਸੀਂ ਪਰਮਾਤਮਾ ਨੂੰ ਅਰਪਣ ਕਰ ਦਿਓ ਤਾਂ ਦੀ ਹੋ ਪਾਏਗਾ ਦੁਕਾਨ ਤੇ ਬੈਠੋ ਗਾਹ ਕਾਵੇ ਤਾਂ ਤੁਸੀਂ ਗਾਹ ਕ ਨੂੰ ਨਾ ਵੇਖੋ ਉਹਨੂੰ ਹੀ ਵੇਖੋ ਗਾਹਕ ਦੇ ਨਾਲ ਉਹ ਜਿਹਾ ਹੀ ਵਿਹਾਰ ਕਰੋ ਜਿਵੇਂ ਪਰਮਾਤਮਾ ਆਇਆ ਹੁੰਦਾ ਹੈ ਉਦੇ ਨਾਲ ਵਿਹਾਰ ਕਰਦੇ ਕਿਉਂਕਿ 24 ਘੰਟੇ ਜੇਕਰ ਉਹਦੇ ਭਾਵ ਚ ਡੁੱਬਣਾ ਤਾਂ ਇਸ ਤੋਂ ਸਿਵਾ ਕੋਈ ਉਪਾਅ ਨਹੀਂ ਭੋਜਨ ਕਰੋ ਤਾਂ ਉਹੀ ਭੋਜਨ ਦੇ ਰਹੀਂ ਤੁਹਾਡੇ ਚ ਪਰਵੇਸ਼ ਕਰ ਰਿਹਾ ਹੈ ਇਸ ਲਈ ਹਿੰਦੂਆ ਨੇ ਕਿਹਾ ਅੰਨਮ ਬ੍ਰਹਮ ਅਨ ਬ੍ਰਹਮ ਹੈ ਤੁਸੀਂ ਐਵੇਂ ਹੀ ਭੋਜਨ ਨਾ ਕਰੋ ਕਿ ਕਿ ਉਹੀ ਖਿਹੜਿਆ ਹੈ ਉਹੀ ਅਨਾਜ ਬਣਿਆ ਤੁਸੀਂ ਬੜੇ ਸ਼ੁਕਰਾਨੇ ਦੇ ਭਾਵ ਨਾਲ ਉਹਨੂੰ ਗ੍ਰਹਿਣ ਕਰੋ ਭੋਜਨ ਨੂੰ ਅੰਨ ਨੂੰ ਜਦ ਤੁਸੀਂ ਬ੍ਰਹਮ ਮੰਨ ਲਓਗੇ ਪਾਣੀ ਪੀਓਗੇ ਉਹੀ ਪਾਣੀ ਚ ਆਇਆ ਹੈ ਤੁਹਾਡੀ ਪਿਆਸ ਨੂੰ ਸ਼ਾਂਤ ਕਰਨ ਲਈ ਤਾਂ ਹੀ ਤਾਂ 24 ਘੰਟੇ ਉਹਦਾ ਭਜਨ ਹੋਏਗਾ ਨਹੀਂ ਤਾਂ ਕਿਵੇਂ ਹੋਏਗਾ ਤੁਸੀਂ ਜਾ ਕੇ ਗੁਰਦੁਆਰੇ ਚ ਮੰਦਿਰ ਚ ਘੜੀ ਪਲ ਭਜਨ ਕਰਾਉਗੇ ਪਰ ਜਦ ਵੀ ਤੁਸੀਂ ਭਜਨ ਕਰ ਰਹੇ ਹੋ ਉਹ ਤਾਂ ਵੀ ਮਨ ਭੱਜਦਾ ਫਿਰਦਾ ਹੈ ਤਾਂ ਤੁਸੀਂ ਵਿੱਚ ਵਿੱਚ ਘੜੀ ਵੇਖ ਲੈਂਦੇ ਹੋ ਸਮਾਂ ਬਹੁਤ ਹੁੰਦਾ ਜਾ ਰਿਹਾ ਹੈ ਦੁਕਾਨ ਖੋਲਣ ਦਾ ਵੇਲਾ ਹੁੰਦਾ ਜਾ ਰਿਹਾ ਤੁਸੀਂ ਕਿਵੇਂ ਉਹਦਾ ਭਜਨ ਕਰੋਗੇ ਖੰਡ ਖੰਡ ਭਜਨ ਨਹੀਂ ਕੀਤਾ ਜਾ ਸਕਦਾ ਕਿ ਸਵੇਰੇ ਕਰ ਲਿਆ ਸ਼ਾਮ ਨੂੰ ਕਰ ਲਿਆ 24 ਘੰਟੇ ਸਧਾਰਨ ਹੋ ਗਏ ਧਾਰਮਿਕ ਹੋਣਾ 24 ਘੰਟਿਆਂ ਦਾ ਕਰਮ ਹੈ, ਭਾਵ ਹੈ। ਉਹਨੂੰ ਤੁਸੀਂ ਕਦੇ-ਕਦੇ ਨਹੀਂ ਕਰ ਸਕਦੇ। ਨਾ ਕੋਈ ਧਾਰਮਿਕ ਦਿਨ ਹੈ, ਨਾ ਕੋਈ ਧਾਰਮਿਕ ਘੜੀ ਹੈ। ਸਾਰਾ ਜੀਵਨ ਉਸੇ ਦਾ ਹੈ, ਸਾਰੀਆਂ ਘੜੀਆਂ ਉਸੇ ਦੀਆਂ। ਤਾਂ ਤੁਸੀਂ ਉਹੀ ਇਸ ਢੰਗ ਨਾਲ ਜਿਓ। ਧਰਮ ਜਿਉਣ ਦੀ ਇੱਕ ਵੱਖਰੀ ਸ਼ੈਲੀ ਹੈ। ਤੁਸੀਂ ਇਸ ਢੰਗ ਨਾਲ ਜਿਓ ਕਿ ਤੁਸੀਂ ਜੋ ਵੀ ਕਰੋ, ਉਹ ਕਿਸੇ ਨਾ ਕਿਸੇ ਰੂਪ ਵਿੱਚ ਪਰਮਾਤਮਾ ਨਾਲ ਇੱਕ ਮਿਖ ਹੋ ਜਾਏ। ਨਾਨਕ ਕਹਿੰਦੇ ਹੈ ਉਸ ਗੁਣ ਨਿਧਾਨ ਦਾ ਭਜਨ ਕਰੋ। Udaj i crven. Udaj i pa,